ਜੀ ਸਾਰਿਆਂ ਨੂੰ ਤਾਂ ਅੱਜ ਦੀ ਜੋ ਵੀਡੀਓ ਹੈ ਇਹ ਹੈ ਨਕਸ਼ਿਆਂ ਦੇ ਟਾਈਪਸ ਬਾਰੇ ਕਿ ਨਕਸ਼ੇ ਕਿੰਨੇ ਪ੍ਰਕਾਰ ਦੇ ਹੁੰਦੇ ਨੇਗੇ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਵੀਡੀਓ ਬਣਾ ਚੁੱਕਿਆ ਨਕਸ਼ਿਆਂ ਦੇ ਨਾਲ ਸੰਬੰਧਿਤ ਇਹ ਪਾਰਟ 2 ਆ ਤੇ ਉਹ ਪਾਰਟ 1 ਆ ਤਾਂ ਤੁਸੀਂ ਜੇਕਰ ਨਕਸ਼ਿਆਂ ਦੇ ਬਾਰੇ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਹ ਪਾਰਟ 1 ਵੀਡੀਓ ਜ਼ਰੂਰ ਦੇਖਿਓ ਕਿਉਂਕਿ ਉਸ ਵੀਡੀਓ ਦੇ ਵਿੱਚ ਮੈਂ ਨਕਸ਼ਿਆਂ ਦੇ ਕੰਪੋਨੈਂਟਸ ਬਾਰੇ ਗੱਲ ਕੀਤੀ ਆ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਨਕਸ਼ੇ ਪੜਨ ਦੇ ਲਈ ਤਾਂ ਅੱਜ ਆਪਾਂ ਗੱਲ ਕਰਦੇ ਆ ਨਕਸ਼ਿਆਂ ਦੇ ਟਾਈਪਸ ਬਾਰੇ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦਾ ਵੀਡੀਓ ਤਾਂ ਬੱਚੇ ਜੋ ਸਕੂਲਾਂ ਦੇ ਵਿੱਚ ਯੂਜ਼ ਕਰਦੇ ਨੇ ਜ਼ਿਆਦਾਤਰ ਉਹ ਦੋ ਟਾਈਪ ਦੇ ਨਕਸ਼ੇ ਹੀ ਵਰਤੇ ਜਾਂਦੇ ਨੇ ਪੋਲੀਟੀਕਲ ਮੈਪ ਤੇ ਫਿਜ਼ੀਕਲ ਮੈਪ ਜਿਨ੍ਹਾਂ ਨੂੰ ਰਾਜਨੀਤਿਕ ਨਕਸ਼ੇ ਤੇ ਭૌਤਿਕ ਨਕਸ਼ੇ ਕਿਹਾ ਜਾਂਦਾ ਹੈ ਜਿਵੇਂ ਕਿ ਤੁਸੀਂ ਤੁਹਾਡੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਰਾਜਨੀਤਿਕ ਨਕਸ਼ੇ ਉਹ ਨਕਸ਼ੇ ਹਨ ਜਿਨ੍ਹਾਂ ਦੇ ਵਿੱਚ ਕਿਸੇ ਦੇਸ਼ ਦੀਆਂ ਸਰਹੱਦਾਂ ਨੂੰ ਕਿਸੇ ਰਾਜ ਦੀਆਂ ਸਰਹੱਦਾਂ ਨੂੰ ਤੇ ਜਾਂ ਫਿਰ ਕੀ ਹੈ ਕਿਸੇ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਦਿਖਾਇਆ ਜਾਂਦਾਗਾ ਤਾਂ ਉਹ ਹੁੰਦੇ ਨੇਗੇ ਜੀ ਪੋਲੀਟੀਕਲ ਮੈਪ ਪਪਾਵਕੇ ਰਾਜਨੀਤਿਕ ਨਕਸ਼ੇ ਜਿਨ੍ਹਾਂ ਦੇ ਵਿੱਚ ਸਰਹੱਦਾਂ ਦਿਖਾਈਆਂ ਜਾਂਦੀਆਂ ਨੇ ਤੇ ਜਿਹੜਾ ਫਿਜੀਕਲ ਮੈਪ ਹੁੰਦਾ ਪੌਤਿਕ ਨਕਸ਼ਾ ਹੁੰਦਾ ਇਹ ਜਦੋਂ ਤੁਸੀਂ ਤੁਸੀਂ ਦੇਖਿਆ ਹੋਊਗਾ ਤੁਹਾਨੂੰ ਐਵੇਂ ਦਾ ਮਿਲਦਾ ਤੇ ਪੇਪਰ ਦੇ ਵਿੱਚ ਵੀ ਐਵੇਂ ਦਾ ਹੀ ਨਕਸ਼ਾ ਮਿਲਦਾ ਹੁੰਦਾ ਖਾਲੀ ਤਾਂ ਇਹ ਉਹ ਨਕਸ਼ੇ ਹੁੰਦੇ ਨੇ ਜਿਹੜੇ ਬਿਲਕੁਲ ਖਾਲੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫਿਜੀਕਲ ਫੀਚਰਸ ਨੇ ਜਿਵੇਂ ਪਹਾੜ ਨੇ ਪਠਾਰ ਨੇ ਜਾਂ ਕੋਈ ਨਦੀਆਂ ਨੇ ਜਬ ਤਾਂ ਉਹ ਚੀਜ਼ਾਂ ਜਿਹੜੋਂ ਦਿਖਾਉਣੇ ਹੈਗੇ ਤਾਂ ਉਹ ਹੁੰਦੇ ਨੇ ਫਿਜ਼ੀਕਲ ਮੈਪ ਦੇ ਵਿੱਚ ਮੰਨ ਲਓ ਆਪਾਂ ਪਹਾੜ ਦੀ ਗੱਲ ਕਰੀਏ ਤਾਂ ਪਹਾੜ ਸਿਰਫ ਇੱਕ ਰਾਜ ਦੇ ਵਿੱਚ ਨਹੀਂ ਹੁੰਦਾ ਉਹ ਕਾਫੀ ਰਾਜਾਂ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਹੈ ਤਾਂ ਇਸ ਕਰਕੇ ਉਹਨੂੰ ਆਪਾਂ ਫਿਜ਼ੀਕਲ ਮੈਪ ਦੇ ਉੱਤੇ ਜਿਆਦਾ ਵਧੀਆ ਤਰੀਕੇ ਨਾਲ ਹੀ ਦਿਖਾ ਸਕਦੇ ਹਾਂ ਲੱਗੇ ਜਾਂਦੇ ਨੇ ਜੀ ਇਤਿਹਾਸਿਕ ਨਕਸ਼ੇ ਜਾਂ ਹਿਸਟੋਰੀਕਲ ਨਕਸ਼ੇ ਇਹ ਉਹ ਨਕਸ਼ੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਇਤਿਹਾਸ ਦੇ ਵਿੱਚ ਹੋਈਆਂ ਲੜਾਈਆਂ ਦੀ ਗੱਲ ਕੀਤੀ ਜਾਂਦੀ ਆ ਜਾਂ ਕੋਈ ਸੱਭਿਤਾਵਾਂ ਦਾ ਵਿਕਾਸ ਹੋਇਆ ਹੁੰਦਾ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਆ ਜਾਂ ਜਿਵੇਂ ਸਿੰਧ ਘਾਟੀ ਦੀ ਸੱਭਿਤਾ ਮਿਸਰ ਦੀ ਸੱਭਿਤਾ ਜੋ ਕੋਈ ਵੀ ਸੱਭਿਤਾ ਜਿਨ੍ਹਾਂ ਦਾ ਵਿਕਾਸ ਹੋਇਆ ਉਸ ਦੇ ਬਾਰੇ ਗੱਲ ਕੀਤੀ ਜਾਂਦੀ ਆ ਜਾਂ ਫਿਰ ਵੱਖ-ਵੱਖ ਰਾਜਿਆਂ ਦੇ ਜਾਂ ਵੱਖ-ਵੱਖ ਵੰਸ਼ਾਂ ਦੇ ਜੋ ਰਾਜਿਆਂ ਦਾ ਵਿਸਤਾਰ ਹੋਇਆ ਉਸ ਦੇ ਬਾਰੇ ਗੱਲ ਕੀਤੀ ਜਾ ਸਕਦੀ ਆ ਜਾਂ ਫਿਰ ਮਹੱਤਵਪੂਰਨ ਯਾਤਰਾਵਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੇ ਜਾਂ ਹੋਰ ਕਿਸੇ ਧਾਰਮਿਕ ਆਗੂ ਦੀਆਂ ਯਾਤਰਾਵਾਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅੱਗੇ ਆ ਗਿਆ ਜੀ ਸਥਲਕਿਰਤੀ ਨਕਸ਼ੇ। ਤਾਂ ਇਹ ਉਹ ਨਕਸ਼ੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਨੂੰ ਦਿਖਾਇਆ ਜਾਂਦਾ ਤਾਂ ਜਿਵੇਂ ਸੜਕਾਂ, ਰੇਲ ਮਾਰਗ ਆਦ। ਤਾਂ ਇਹ ਹਰੇਕ ਦੇਸ਼ ਦੇ ਜੋ ਸਰਵੇ ਵਿਭਾਗ ਹੁੰਦਾ ਤਾਂ ਉਸ ਦੁਆਰਾ ਬਣਾਇਆ ਜਾਂਦਾ ਜਿਵੇਂ ਭਾਰਤ ਦਾ ਵੀ ਇੱਕ ਸਰਵੇ ਆਫ ਇੰਡੀਆ ਵਿਭਾਗ ਹੈਗਾ ਤਾਂ ਉਸ ਦੁਆਰਾ ਨਕਸ਼ੇ ਤਿਆਰ ਕੀਤੇ ਜਾਂਦੇ ਨੇ। ਤਾਂ ਇਹ ਨਕਸ਼ੇ ਨਗਰ ਯੋਜਨਾਮਾ ਬਣਾਉਣ ਦੇ ਲਈ ਤਾਂ ਮਿਲਟਰੀ ਦੇ ਲਈ ਜਾਂ ਫਿਰ ਕਹਿ ਲਓ ਅਧਿਐਨ ਕਰਨ ਦੇ ਲਈ ਰਿਸਰਚ ਕਰਨ ਦੇ ਲਈ ਇਹ ਵਰਤੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਆ ਗਿਆ ਐਟਲਸ ਨਕਸ਼ੇ ਐਟਲਸ ਨਕਸ਼ੇ ਲਗਭਗ ਸਾਰੇ ਬੱਚਿਆਂ ਨੂੰ ਪਤਾ ਹੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਸਕੂਲ ਦੇ ਵਿੱਚ ਇਹ ਲਗਵਾਈ ਵੀ ਜਾਂਦੇ ਨੇ ਤਾਂ ਇਹ ਉਹ ਨਕਸ਼ੇ ਹੁੰਦੇ ਨੇ ਜਿਹੜੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਹੁੰਦੇ ਨੇ ਇਹ ਛੋਟੇ ਪੈਮਾਨੇ ਦੇ ਨਕਸ਼ੇ ਹੁੰਦੇ ਨੇ ਪੈਮਾਨਾ ਕੀ ਹੁੰਦਾ ਇਸ ਦੇ ਬਾਰੇ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕਿਆਗਾ ਤੁਸੀਂ ਉਹ ਦੇਖ ਲਿਓ ਉੱਥੋਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਇਹਨਾਂ ਨੂੰ ਲਿਜਾਣਾ ਸੌਖਾ ਹੁੰਦਾਗਾ ਤੇ ਇਸੇ ਕਰਕੇ ਵਿਦਿਆਰਥੀਆਂ ਲਈ ਜ਼ਿਆਦਾ ਲਾਹੇਵੰਦ। ਇਸ ਤੋਂ ਬਾਅਦ ਆ ਗਿਆ ਜੀ ਦਿਵਾਰ ਨਕਸ਼ੇ ਤਾਂ ਦਿਵਾਰ ਨਕਸ਼ੇ ਉਹ ਹੁੰਦੇ ਨੇ ਜਿਹੜੇ ਦਿਵਾਰਾਂ ਦੇ ਉੱਤੇ ਬਣਾਏ ਜਾਂਦੇ ਨੇ ਜਿਵੇਂ ਕਿ ਤੁਸੀਂ ਸਕੂਲਾਂ ਵਗੈਰਾ ਦੇ ਵਿੱਚ ਦੇਖੇ ਹੋਣਗੇ ਕਿ ਦਿਵਾਰਾਂ ਦੇ ਉੱਤੇ ਨਕਸ਼ੇ ਬਣੇ ਹੁੰਦੇ ਨੇਗੇ ਪ੍ਰਦਰਸ਼ਨ ਕਰਨ ਲਈ ਭਾਵ ਕੇ ਦਿਖਾਉਣ ਦੇ ਲਈ ਜਾਂ ਫਿਰ ਕਹਿ ਲੋ ਪੜਾਉਣ ਦੇ ਲਈ ਇਹ ਵਰਤੇ ਜਾ ਸਕਦੇ ਆ। ਇਸ ਤੋਂ ਇਲਾਵਾ ਹੋਰ ਕਾਫੀ ਟਾਈਪ ਦੇ ਨਕਸ਼ੇ ਹੁੰਦੇ ਨੇ ਜਿਵੇਂ ਥੀਮੈਟਿਕ ਮੈਪਸ ਹੁੰਦੇ ਨੇਗੇ ਕਿ ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਕਿਸੇ ਥੀਮ ਨੂੰ ਲੈ ਕੇ ਜਿਹੜੇ ਮੈਪ ਹੁੰਦੇ ਨੇ ਤਾਂ ਉਹਨਾਂ ਨੂੰ ਕੀਮੈਟਿਕ ਕਿਹਾ ਜਾਂਦਾ ਡਿਸਟ੍ਰਿਬਿਊਸ਼ਨ ਮੈਪਸ ਹੁੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਵੰਡ ਨਾਲ ਸੰਬੰਧਿਤ ਨਕਸ਼ੇ ਕਿਹਾ ਜਾਂਦਾ ਤਾਂ ਇਹ ਉਹ ਨਕਸ਼ੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਚੀਜ਼ ਦੀ ਡਿਸਟ੍ਰਿਬਿਊਸ਼ਨ ਦਿਖਾਈ ਜਾਂਦੀ ਹੈ ਤਾਂ ਜਿਵੇਂ ਦਿਖਾਇਆ ਜਾਂਦਾ ਕਿ ਭਾਰਤ ਦੇ ਵਿੱਚ ਬਾਰਿਸ਼ ਹੈ ਜਿਹੜੀ ਕਿਵੇਂ-ਕਿਵੇਂ ਹੁੰਦੀ ਆ ਸਭ ਤੋਂ ਜ਼ਿਆਦਾ ਬਾਰਿਸ਼ ਕਿੱਥੇ ਹੁੰਦੀ ਆ ਫਿਰ ਉਸ ਤੋਂ ਘੱਟ ਕਿੱਥੇ ਹੁੰਦੀ ਆ ਸਭ ਤੋਂ ਘੱਟ ਕਿੱਥੇ ਹੁੰਦੀ ਆ ਨੌਟੀਕਲ ਚਾਰਟਸ ਹੁੰਦੇ ਨੇਗੇ ਇਹ ਉਹ ਨਕਸ਼ੇ ਹੁੰਦੇ ਨੇ ਜਿਹੜੇ ਸਮੁੰਦਰੀ ਯਾਤਰਾਵਾਂ ਕਰਨ ਵਾਲੇ ਜਾਂ ਸਮੁੰਦਰੀ ਫੌਜ ਦੁਆਰਾ ਵਰਤੇ ਜਾਂਦੇ ਨੇਗੇ ਉਹਨਾਂ ਦੇ ਕੋਲੇ ਇਹ ਹੁੰਦੇ ਨੇ ਇਹਨਾਂ ਦੇ ਵਿੱਚ ਬੰਦਰਗਾਹਾਂ ਸਮੁੰਦਰ ਦੀ ਡੰਗਾਈ ਸਮੁੰਦਰ ਦਾ ਖਾਰਾਪਣ ਆਦ ਹੋਰ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਵੈਦਰ ਮੈਪਸ ਹੁੰਦੇ ਆ ਇਹ ਉਹ ਨਕਸ਼ੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਮੌਸਮ ਦਰਸਾਇਆ ਜਾਂਦਾ ਹੈਗਾ ਇਹ ਨਕਸ਼ੇ ਤੁਸੀਂ ਨਿਊਜ਼ ਦੇ ਵਿੱਚ ਜਾਂ ਟੀਵੀ ਦੇ ਉੱਤੇ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਕਿੱਥੇ ਬੱਦਲ ਆਉਣਗੇ ਕਿੱਥੇ ਹਨੇਰੀ ਆਊਗੀ ਕਿੱਥੇ ਤੂਫਾਨ ਆਊਗਾ ਇਹ ਚੀਜ਼ਾਂ ਦਰਸਾਈਆਂ ਜਾਂਦੀਆਂ ਨੇ ਐਵੀਏਸ਼ਨ ਚਾਰਟਸ ਐਵੀਏਸ਼ਨ ਚਾਰਟ ਉਹ ਹੁੰਦੇ ਨੇ ਜਿਹੜੇ 에ਅ ਟ੍ਰੈਫਿਕ ਜਾਂ ਹਵਾਈ ਯਾਤਰਾਤ ਲਈ ਵਰਤੇ ਜਾਂਦੇ ਨੇ ਇਹ 에ਅ ਫੋਰਸ ਦੁਆਰਾ ਵੀ ਵਰਤੇ ਜਾਂਦੇ ਨੇ ਇਹਨਾਂ ਇਹਨਾਂ ਦੇ ਉੱਪਰ ਕੰਟਰੋਲ ਟਾਵਰ ਵੱਖ-ਵੱਖ 에ਅਰਪੋਰਟਸ ਆਦਿ ਦਿਖਾਏ ਜਾਂਦੇ ਨੇ ਤੇ ਟੂਰਿਸਟ ਮੈਪ ਹੁੰਦੇ ਨੇ ਇਹ ਟੂਰਿਸਟ ਮੈਪ ਉਹ ਹੁੰਦੇ ਨੇ ਜਿਹੜੇ ਸੈਲਾਨੀਆਂ ਦੁਆਰਾ ਵਰਤੇ ਜਾਂਦੇ ਨੇ ਜਦੋਂ ਉਹ ਵਿਦੇਸ਼ਾਂ ਤੋਂ ਜੇ ਆਪਾਂ ਕਿਤੇ ਬਾਹਰਲੇ ਜਾਣੇ ਆ ਤਾਂ ਆਪਾਂ ਜਿਹੜੇ ਨਕਸ਼ੇ ਵਰਤ ਲੈਨੇ ਆ ਜਿਨ੍ਹਾਂ ਦੇ ਵਿੱਚ ਉਸ ਇਲਾਕੇ ਦਾ ਜਾਂ ਉਸ ਦੇਸ਼ ਦੀਆਂ ਇੰਟਰਸਟਿੰਗ ਚੀਜ਼ਾਂ ਦਿਖਾਈਆਂ ਜਾਂਦੀਆਂ ਜਿਵੇਂ ਤੁਸੀਂ ਕਦੇ ਕਿਤੇ ਘੁੰਮਣ ਗਏ ਹੋ ਤਾਂ ਤੁਸੀਂ ਉਸ ਇਲਾਕੇ ਦਾ ਉਥੋਂ ਦਾ ਨਕਸ਼ਾ ਖਰੀਦ ਸਕਦੇ ਹੋ ਤਾਂ ਉਸ ਟੂਰਿਸਟ ਮੈਪ ਦੇ ਉੱਪਰ ਤੁਹਾਨੂੰ ਉਸ ਇਲਾਕੇ ਦੇ ਵਿੱਚ ਜੋ ਵੀ ਖਾਸ ਚੀਜ਼ਾਂ ਹੋਣੀਆਂ ਘੁੰਮਣ ਫਿਰਨ ਦੇ ਲਈ ਉਹ ਸਾਰੀਆਂ ਦਿਖਾਈਆਂ ਜਾਣੀਆਂ ਹਨ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਤੋਂ ਬਾਅਦ ਅੱਗੇ ਇਸ ਦਾ ਤੀਸਰਾ ਪਾਠ ਬਣਾਵਾਂਗੇ ਇਸ ਵੀਡੀਓ ਦਾ ਤਾਂ ਜਿਸ ਦੇ ਵਿੱਚ ਅਸੀਂ ਹੋਰ ਅੱਗੇ ਗੱਲ ਕਰਦੇ ਰਹਾਂਗੇ ਨਕਸ਼ਿਆਂ ਦੇ ਬਾਰੇ ਤਾਂ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ